ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਧ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨ ਪਰਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੈ ਪ੍ਰਸਾਦ ਚੱਕਰ ਚਹਿਨ ਅਰ ਬਰਨ ਜਾਤ ਅਰ ਪਾਤ ਨਹਿਨ ਜਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋ ਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹ ਸਾਹਣ ਗਣ ਜੈ ਤੇਰੇ ਭਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੋ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੋ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪੁੱਤਰਾਂ ਦੇ ਦਾਨੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਤਿਹਾਨ ਸੰਗਤਾਂ ਨੂੰ ਸ਼ਾਸਤਰ ਵਿੱਦਿਆ ਦੁਆਰਾ ਅਤੇ ਬ੍ਰਹਮ ਵਿੱਦਿਆ ਦੁਆਰਾ ਨਿਹਾਲ ਕਰ ਰਹੇ ਹਨ। ਸਤਿਗੁਰੂ ਜੀ ਦੇ ਚਰਨਾਂ ਵਿੱਚ ਕਾਂਸੀ ਰਾਮ ਨਾਮੇ ਕਾਂਸੀ ਦੇ ਵਿੱਚ ਇੱਕ ਪੰਡਿਤ ਆਇਆ ਹੈ, ਉਸਨੇ ਆ ਕੇ ਹਜ਼ੂਰ ਦੇ ਪਾਸ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਆਪ ਜੀ ਨੇ ਪਹਿਲੇ ਸਰੂਪ ਤੋਂ ਲੈ ਕੇ ਨੌਵੇਂ ਸਰੂਪ ਤੱਕ ਸ਼ਾਂਤਮਈ ਢੰਗ ਦੇ ਨਾਲ ਬਖਸ਼ਿਸ਼ ਕੀਤੀ ਹੈ ਅਤੇ ਗੁਰਬਾਣੀ ਦੁਆਰਾ ਵੀ ਆਪ ਜੀ ਨੇ ਸ਼ਾਂਤ ਰਸ ਨੂੰ ਹੀ ਬਹੁਤਾ ਜ਼ਿਆਦਾ ਕਥਨ ਕੀਤਾ ਹੈ। ਕੋਈ ਐਸਾ ਬਖਸ਼ਿਸ਼ ਕਰੋ ਕਿ ਜਿਸ ਦੁਆਰਾ ਵੀਰ ਰਸ ਜਾਗਰਤ ਹੋਵੇ। ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਉਸ ਕਾਂਸੀ ਰਾਮ ਨਾਵੇਂ ਪੰਡਿਤ ਦੀ ਬੇਨਤੀ ਨੂੰ ਸੁਣ ਕੇ ਕਿਹਾ ਕਿ ਗੁਰਮੁਖੋ, ਜਿਸ ਤਰ੍ਹਾਂ ਅਸੀਂ ਪਹਿਲੇ ਸਰੂਪ ਵਿੱਚ ਅਕਾਲ ਪੁਰਖ ਦੇ ਸਨਮੁਖ ਜਪਜੀ ਸਾਹਿਬ ਉਚਾਰਿਆ ਹੈ, ਇਸੇ ਤਰ੍ਹਾਂ ਹੀ ਅਕਾਲ ਪੁਰਖ ਦੇ ਸਨਮੁਖ ਇਹ ਸ੍ਰੀ ਜਾਪ ਸਾਹਿਬ ਉਚਾਰਨ ਕੀਤਾ ਹੈ। ਸੋ ਸੁਣ ਕੇ ਉਸਨੇ ਬੇਨਤੀ ਕੀਤੀ ਜੀ ਆਪ ਅਰਥ ਸਮਝਾਵੋ। ਸੱਚੇ ਪਾਤਸ਼ਾਹ ਨੇ ਉਸਦੀ ਬੇਨਤੀ ਨੂੰ ਪ੍ਰਵਾਨ ਕਰਕੇ ਪੰਜੇ ਪਿਆਰੇ ਅਤੇ ਪੰਜੇ ਮੁਕਤੇ ਤੇ ਭਾਈ ਮੋਹਰ ਸਿੰਘ ਜੀ ਲਿਖਾਰੀ, ਇੱਕ ਸਿੱਖ ਇਹਨਾਂ ਨਾਲ ਹੋਰ ਸੀ, ਇਹਨਾਂ 12 ਸਿੰਘਾਂ ਦੇ ਸਮੇਤ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਸੰਗਤ ਦੇ ਵਿੱਚ ਉਸ ਕਾਂਸੀ ਰਾਮ ਨਾਵੇਂ ਪੰਡਿਤ ਦੀ ਬੇਨਤੀ ਸੁਣ ਕੇ ਅਰਥ ਆਰੰਭ ਕੀਤੇ ਹਨ। ਸੋ ਸ੍ਰੀ ਜਾਪ ਸਾਹਿਬ ਜੀ ਦੇ ਅਰਥ ਅਨੰਦਪੁਰ ਸਾਹਿਬ ਵਿਖੇ ਹੋਏ ਹਨ, ਬਾਕੀ ਸਾਰੇ ਅਰਥ ਸਤਿਗੁਰੂ ਸੱਚੇ ਪਾਤਸ਼ਾਹ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਜਾ ਕੇ ਸੰਗਤਾਂ ਨੂੰ ਸੁਣਾਏ ਹਨ। ਬਾਬਾ ਮਨੀ ਸਿੰਘ ਸਾਹਿਬ ਜੀ ਆਦਿਕ ਗੁਰਸਿੱਖ ਜੋ ਨਾਲ ਸਨ ਉਹਨਾਂ ਨੂੰ ਨਾਲ ਰੱਖ ਕੇ 14 ਮਹੀਨੇ ਸਤਿਗੁਰੂ ਜੀ ਉੱਥੇ ਰਹੇ ਹਨ ਸ੍ਰੀ ਹਜ਼ੂਰ ਸਾਹਿਬ ਵਿਖੇ, ਜੋ ਐਸ ਵੇਲੇ ਬਾਬਾ ਨਿਧਾਨ ਸਿੰਘ ਸਾਹਿਬ ਜੀ ਦੇ ਨਾਂ ਉੱਪਰ ਲੰਗਰ ਪ੍ਰਚਲਿਤ ਹੈ, ਉਸ ਜਗ੍ਹਾ 'ਚ ਸਤਿਗੁਰੂ ਜੀ ਨੇ ਆਪਣਾ ਆਸਰਮ ਰੱਖਿਆ ਸੀ। ਉੱਥੇ ਰਹਿ ਕੇ 14 ਮਹੀਨਿਆਂ ਦੇ ਵਿੱਚ ਦਸਮ ਦੀ ਬਾਣੀ ਦੇ ਅਰਥ ਪੜਾਏ ਹਨ। ਸੋ ਇਸ ਦੇ ਵਿੱਚ ਜਾਪ ਸਾਹਿਬ ਦੇ ਵਿੱਚ ਸਾਰੀਆਂ ਹੀ ਭਾਸ਼ਾ ਆਉਣਗੀਆਂ, ਅਰਬੀ, ਫਾਰਸੀ, ਗੁਰਮੁਖੀ, ਸੋ ਇਸੇ ਤਰ੍ਹਾਂ ਹਿੰਦੀ ਆਦਿਕ ਵੀ, ਉਰਦੂ ਵੀ। ਸੋ ਇੱਕੇ ਥਾਂ ਹੀ ਸੱਚੇ ਪਾਤਸ਼ਾਹ ਜੀ ਨੇ 100 ਕੀਤੀਆਂ ਹਨ। ਜਿਸ ਜਿਸ ਤਰੀਕੇ ਦੇ ਨਾਲ ਸਮੇਂ ਸਮੇਂ ਮੁਤਾਬਕ
ਲੋੜ ਸਮਝੀ ਹੈ ਉਸੇ ਤਰ੍ਹਾਂ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤੇ ਹਨ। ਹਰ ਵੇਲੇ ਇਹ ਹਿਰਦੇ ਚੜਿਆ ਰਹਿੰਦਾ ਹਿੰਦੂ ਸਾਡੇ ਵੱਡੇ ਭਾਈ, ਹਿੰਦੂ ਸਾਡੇ ਵੱਡੇ ਭਾਈ। ਉਹ ਕਹਿੰਦਾ ਪੂਰਾ ਤੋਲਿਓ ਕਿ ਨਾ ਫੜੇ ਨਾ ਜੜੀ। ਐਸੀ ਹਾਲਤ ਹੈ, ਸਤਿਗੁਰੂ ਨੇ ਸੀਸ ਦੇ ਦਿੱਤਾ, ਚਿਰਕ ਜੀ ਨੂੰ ਵੀ ਰਾਖੀ ਕੀਤੀ ਹੈ। ਦਸਵੇਂ ਪਾਤਸ਼ਾਹ ਆਪਣੀ ਰਸਨਾ ਤੋਂ ਉਚਾਰ ਕੇ ਆਪਣੀ ਕਲਮ ਨਾਲ ਲਿਖ ਰਹੇ ਹੈ। ਪਰ ਸਾਡੇ ਅੱਜ ਫੇਰ ਵੀ ਕਿਹਾ ਜਾ ਰਿਹਾ ਇਹ ਸਾਡੇ ਵੱਡੇ ਭਾਈ ਹੈ, ਤੇ ਉਹ ਕਹਿੰਦੇ ਜਿਹੜੇ ਸਿੱਖ ਹੈ ਇਹ ਹਿੰਦੂਆਂ ਦੀ ਇੱਕ ਫੌਜ ਹੈ, ਇਹ ਹਿੰਦੂਆਂ ਦਾ ਇੱਕ ਅੰਗ ਹੈ। ਕਿੰਨਾ ਪਰਦਾ ਪੈ ਚੁੱਕਿਆ ਖਾਲਸਾ ਜੀ, ਖਾਲਸੇ ਬਾਰੇ ਤਾਂ ਬਚਨ ਕਹਿ ਦਿੱਤੇ, ਜਦ ਖਾਲਸਾ ਜਬ ਦਾ ਖਾਲਸਾ ਰਹਿ ਨਿਆਰਾ, ਤਬ ਦਾ ਤੇਜ ਦਿਓ ਮੈਂ ਸਾਰਾ। ਜਾਵੇਗਾ ਪਿੱਪਰਨ ਕੀ ਰੀਤ, ਪਿੱਪਰਨਾ ਪੰਡਿਤ ਦਾ ਬ੍ਰਾਹਮਣ ਦਾ, ਬ੍ਰਾਹਮਣ ਕਹਿੰਦੇ ਸਾਡਾ ਅੰਗ ਹੈ, ਤੇ ਮਹਾਰਾਜ ਕਹਿੰਦੇ ਜਦੋਂ ਪੰਡਤਾਂ ਵਾਲੀ ਨੀਤੀ ਗ੍ਰਹਿਣ ਕਰ ਲੇਗਾ ਖਾਲਸਾ, ਮੈਂ ਨਾ ਕਰੋ ਇਨਕੀ ਪ੍ਰਤੀਤ, ਮੈਂ ਇਹਦਾ ਖਾਲਸੇ ਦਾ ਯਕੀਨ ਹੀ ਨੀ ਕਰਾਂਗਾ। ਇਸੇ ਵਾਸਤੇ ਲੱਤਾਂ ਪੈ ਰਹੀਆਂ, ਸਤਿਗੁਰੂ ਜੀ ਕਹਿੰਦੇ ਹਨ ਤਿਲਕ ਤੇ ਜੰਗੂ ਤਿੰਨਾਂ ਦਾ ਰੱਖਣਾ ਕੀਤਾ ਹੈ। ਸਤਿਗੁਰੂ ਵੀ ਤਿਲਕ ਲਾਉਂਦੇ ਆ, ਤਿਲਕ ਲਾਟ ਜਾਣਾ ਪਰ ਏਕ, ਗੁਰੂ ਕਹਿੰਦੇ ਤਿਲਕ ਪਹਿਨੇ ਆ। ਮੈਂ ਤਾਂ ਕੋਈ ਖਿਆਲ ਕਰੇਗਾ ਗੁਰੂ ਤਿਲਕ ਦੇ ਧਾਰਨੀ ਨਹੀਂ, ਪਰ ਭਾਈ ਮਾਸਕ ਲਾਟ ਜਾਣਾ ਪਰ ਏਕ, ਸ਼੍ਰੋਮਣੀ ਪਰਮੇਸ਼ਰ ਨੂੰ ਜਿਹੜਾ ਜਾਣ ਲੈਣਾ ਇਹੀ ਮੱਥੇ ਤੇ ਤਿਲਕ ਲਾਉਣਾ, ਆ ਕੇ ਸਾਲ ਕਿਥਾ ਕੇ ਮੁੜ ਕੇ ਪਾਣੀ ਨਾਲ ਧੋ ਕੇ ਲੈ ਜਾਣਾ, ਐਸਾ ਤਿਲਕ ਲਾਉਣ ਦੀ ਆਗਿਆ ਨਹੀਂ ਹੈ। ਜਨੇਊ ਕਿਰਪਾਨ ਦਿੱਤੀ ਹੈ, ਜਨੇਊ ਗਿਆਨ ਦਾ ਦਿੱਤਾ ਸਤਿਗੁਰੂ ਗਰੀਬ ਨਿਵਾਸ ਜੀ ਨੇ, ਆ ਤਾਗਿਆ ਵਾਲੇ ਜਨੇਊ ਤੋਂ ਗੁਰੂ ਨੇ ਬਚਾਇਆ ਹੈ, ਜਿਹੜਾ ਕੁੰਜੀ ਬੰਨ ਕੇ ਤੁਰੇ ਫਿਰਦੇ ਆ। ਕਾਗਲ ਦੇ ਵਿੱਚ ਬੜਾ ਭਾਰੀ ਸ਼ਹੀਦੀ ਦੇਣ ਦਾ ਸਾਕਾ ਕੀਤਾ ਖਾਲਸਾ ਜੀ, ਮਹਾਤਮਾ ਵਾਸਤੇ ਕੀਤੀ ਆ ਸਤਿਗੁਰੂ ਜੀ ਨੇ, ਦੇ ਦਿੱਤਾ ਪਰ ਸੀ ਨੀ ਉਚਾਰੀ। ਅੱਜ ਦੇ ਤਿਲਕ ਵਾਲਣ ਕੇ ਚਪੇੜ ਮਾਰਦੀਆਂ, ਡਾਂਡਾ ਮਾਰਦੇ ਆ, ਅਜੇ ਤਾਂ ਖਬਰਾਂ ਦਿੱਤੀਆਂ ਕਿ ਚੀਕੀ ਜਾਂਦੇ ਹੋਣੇ। ਧਰਮ ਹੇਠ ਦੇ ਸਮਾਜ ਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਸਰਨ ਸਰੂਪ ਨੇ ਸਾਕਾ ਕੀਤਾ ਕੌਤਕ, ਪਰ ਸਰਨ ਜਿਹੜਾ ਨਿਸ਼ਚਾ ਸੀ ਹੱਥ ਸੀ ਧਰਮ ਦਾ, ਉਹ ਪਰਨ ਕੀਤਾ ਸੀ, ਉਹਦਾ ਤਿਆਗ ਨੀ ਕੀਤਾ ਖਾਲਸਾ ਜੀ। ਅੱਜ ਪਰਨ ਕਰਕੇ ਪੁਨਾ ਪੁਨਾ ਮੁਕਰੀ ਜਾਂਦੇ ਸਭਾ ਕਾ ਕੇ, ਇੱਕ ਪਾਸੇ ਅਕਾਲ ਤਖ਼ਤ ਸਾਹਿਬ ਦੇ ਸਹੁੰ ਖਾਤੀ ਹੈ ਕਿ ਜਿਹੜਾ ਹੁਕਮਨਾਮਾ ਜਾਰੀ ਕੀਤਾ ਨਰਕ ਧਾਰੀਆਂ ਨਾਲ ਨੀ ਵਰਤਣਾ, ਦੂਜੇ ਪਾਸੇ ਬਾਪੂ ਕਹਿ ਕੇ ਮੇਰੇ ਪੈਰੀ ਪੈਂਦੇ ਖੜਦੇ ਆ, ਪਹਿਲੇ ਥਾਵਾਂ ਥਾਵਾਂ ਤੇ ਬਦਨਾਮੀ ਹੁੰਦੀ ਹੈ। ਆਪਣੀ ਕਥਾ ਕਹਿੰਦਾ ਸਤਿਗੁਰੂ ਜੀ ਕਹਿੰਦੇ ਕਹਿ ਕੇ ਦੱਸਦਿਆਂ ਸੁਣੋ ਇਕਾਗਰਤਾ ਨਾਲ, ਜਿਸ ਤਰ੍ਹਾਂ ਤਪੱਸਿਆ ਕਰਦਾ ਉਹਨੂੰ ਸਾਨੂੰ ਬੁਲਾਇਆ, ਹੇਮਕੁੰਡ ਪਰਬਤ ਹੈ ਜਹਾਂ, ਜਿੱਥੇ ਭਾਈ ਹੇਮਕੁੰਡ ਬਰਫ਼ ਦਾ ਪਹਾੜ ਹੈ, ਸੱਤ ਸਰਿੰਗ ਟਿੱਲੇ ਸੋਭਨੀ ਕਰ ਚੋਟੀਆਂ ਹਨ, ਜਿੱਥੇ ਸੱਤ ਸਰਿੰਗਾਂ ਚੋਟੀਆਂ ਵਾਲਾ ਟਿੱਲਿਆਂ ਵਾਲਾ ਪਹਾੜ ਕਹਾਉਂਦਾ ਹੈ, ਦਰਸ਼ਨ ਕੀਤੇ ਜਿਹਨਾਂ ਸੰਗਤਾਂ ਨੇ ਉਹਨਾਂ ਨੂੰ ਪਤਾ ਹੈ, ਜਿਹੜਾ ਪੰਡੂ ਰਾਜਾ ਸੀ ਉਹਨੇ ਵੀ ਕਹਿੰਦੇ ਉੱਥੇ ਜੋ ਕਮਾਇਆ ਹੈ ਹੇਮਕੁੰਡ ਤੇ, ਮਹਾਰਾਜ ਕਹਿੰਦੇ ਉੱਥੇ ਅਸੀਂ ਭਾਈ ਬਹੁਤ ਤਪੱਸਿਆ ਸਾਧਨਾ ਕੀਤੀ ਹੈ, ਕਈ ਅੱਜ ਦੇ ਲੋਕ ਮੰਨਦੇ ਨੀ, ਸਿੰਘ ਹੋ ਕੇ ਵੀ ਬੇਮੁੱਖ ਹੋਏ ਬੈਠੇ ਹੈ। ਮਹਾਕਾਲ ਕਾਲ ਕਾ ਅਰਾਧੀ, ਜਿਹੜਾ ਮਹਾਕਾਲ ਹੈ ਕਾਲ ਦਾ ਵੀ ਕਾਲ ਕਰਨ ਵਾਲਾ ਹੈ, ਉਹਦਾ ਦਾ ਅਰਾਧੀ, ਉਹਦੇ ਅਰਾਧੀ ਹੋ ਕੇ ਰੱਬ ਨੇ ਕੀਤੀ ਹੈ, ਤੇ ਕਈ ਇਹ ਪੰਕਤੀ ਪੜ੍ਹਦੇ ਹੈ ਕਹਿੰਦੇ ਮਹਾਕਾਲ ਕਾਲ ਕਾ ਅਰਾਧੀ, ਕਹਿੰਦੇ ਮਹਾਕਾਲ ਨੂੰ ਛੱਡ ਕੇ ਕਾਲਕਾ ਨੂੰ ਅਰਾਧਨਾ ਕੀਤਾ, ਉਹ ਕਾਲਕਾ ਨੂੰ ਤਾਂ ਸਿੱਖ ਨੀ ਅਰਾਧਦਾ, ਗੁਰੂ ਕਿੱਥੋਂ ਅਰਾਧ ਲਵੇਗਾ, ਹੱਥ ਜੋੜ ਕੇ ਤਾਂ ਦੇਵੀ ਨਾਮਦੇਵ ਦੇ ਪੈਰਾਂ ਤੇ ਮੱਥੇ ਟੇਕਦੀ ਫਿਰਦੀ ਹੈ, ਭਗਤ ਕਾਲ ਦਾ ਤੁਮ ਜੋ ਕਹੀਆ ਕਾਲ ਭੁਆਨੀ ਮੁਕਤੀ ਮੁਕਤੀ ਬੜੀ ਆਕਾਸ਼ ਪਾਨੀ, ਇਸ ਵਾਸਤੇ ਦੇਵੀ ਦੇਵਤਾ ਨੂੰ ਸਿੱਖ ਨੀ ਕਦੇ ਵੀ ਮੰਨਦਾ, ਨਾ ਭੂਤਾਂ ਪ੍ਰੇਤਾਂ ਨੂੰ ਕਦੇ ਮੰਨਦਾ, ਸਿੱਖ ਤਾਂ ਛੇਤਰ ਨਾ ਕੁੱਟ ਕੇ ਭਗਤ ਤੇ ਖੂਹ ਲਵਾ ਲੈਂਦਾ ਰਾਤ ਰਾਤੀ, ਇਸ ਵਾਸਤੇ ਗੁਰੂ ਕਿੱਥੇ ਮੰਨਦਾ। ਹਾਂ ਮਹਾਕਾਲ ਕਾਲ ਕਾ ਅਰਾਧੀ, ਮਹਾਕਾਲ ਜੋ ਪਰਮੇਸ਼ਰ ਹੈ ਜੋ ਕਾਲ ਦਾ ਵੀ ਕਾਲ ਕਰਨ ਵਾਲਾ ਹੈ, ਉਹਦੇ ਸਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਉਹਦੇ ਅਰਾਧੀ ਹੈ ਭਾਈ ਮਹਾਕਾਲ ਦੇ, ਤਰੀਕੇ ਦੇ ਨਾਲ ਤਪੱਸਿਆ ਕਰਦੇ ਹਾਂ, ਦੋ ਰੂਪ ਤੇ ਸਰਗੁਣ ਤੇ ਨਿਰਗੁਣ ਨੂੰ ਏਕਤਾ ਪ੍ਰਾਪਤ ਹੋ ਗਈ, ਨਿਰਗੁਣ ਆਪ ਸਰਗੁਣ ਕੀ ਹੋਈ ਕਲਾ ਧਾਰਨ ਸਗਲੀ ਮੋਹਰੀ। ਮਹਾਦੇਵ ਕਹਿੰਦਾ
ਕਹਿੰਦਾ ਮੈਂ ਹੀ ਅਗੈਂਡ ਸਰੂਪ ਹੈ, ਮੈਂ ਕਿਤੇ ਆਉਣ ਜਾਣ ਵਾਲਾ ਨਹੀਂ, ਤੇ ਪਤਾ ਉਹਦਾ ਲੱਗਾ ਤਾਂ ਛਾਲ ਲੱਗੀਆਂ ਦੇਣੀਆਂ ਇਹ ਵੀ ਆਪਣੇ ਆਪ ਨੂੰ ਅਗੈਂਡ ਮੰਨ ਬੈਠਾ, ਆਪ ਹੀ ਕੋ ਠਹਿਰਾਇਓ, ਇਸ ਨੂੰ ਆਪਣੇ ਆਪ ਨੂੰ ਮੰਨ ਬੈਠਾ ਕਿ ਮੈਂ ਹੀ ਵੱਡਾ ਹਾਂ, ਤੇ ਬ੍ਰਹਮਾ ਕਹੇਗਾ ਮੈਂ ਪਰ ਪਾਰ ਬ੍ਰਹਮ ਪਾਪਾ ਪੁਨਾ ਤੋਂ ਪਰੇ ਜਿਹਨੇ ਲੜਕੀ ਤੋਂ ਰੋਣੀ ਨਵੇਂ ਪੁੱਤਰ ਪੈਦਾ ਕਰ ਲਿਆ, ਆਪਣੇ ਆਪ ਨੂੰ ਜੱਦੀ ਕਹਾਉਂਦਾ ਪ੍ਰਭੂ ਨੇ ਕਿਹਨੂੰ ਜਾਣਾ, ਪ੍ਰਭ ਪਾਪਾ ਮੁਕਤ ਪ੍ਰਭ ਠੀਕ ਸਭ ਕੋ ਪ੍ਰਭੂ ਨੇ ਕਿਹਨੂੰ ਜਾਣਾ, ਪ੍ਰਭ ਜੋ ਰਾਖਿਤ ਪਰਮੇਸ਼ਰ ਆ ਉਹ ਸਭ ਭੂਮਾ ਰੂਪ ਬ੍ਰਹਮ ਨੂੰ ਕਿਸੇ ਨੇ ਨਹੀਂ ਜਾਣਿਆ, ਸਭ ਸਾਖੀ ਪ੍ਰਭ ਆਇਤ ਬਣਾਏ, ਉਹਨੂੰ ਸਾਖੀ ਗਵਾਹ ਜਿਹੜੇ ਅਸੀਂ ਅੱਖ ਬਣਾ ਦਿੱਤੇ ਉਹਨਾਂ ਦੀ ਗਿਣਤੀ ਕੁਝ ਕੁ ਦੱਸਦੇ ਅੱਗੇ ਸਾਖੀ ਗਵਾਹੀ ਦੇਣ ਦੇ ਵਾਸਤੇ ਕਰੋ ਹਮਾਰੀ ਪੂਜਾ, ਉਹ ਉੱਥੇ ਆਪੋ ਆਪਣੀ ਪੂਜਾ ਵਿੱਚ ਹੀ ਲੱਗ ਗਿਆ, ਕੋਈ ਕਹਿੰਦਾ ਮੈਂ ਵੱਡਾ, ਕੋਈ ਕਹਿੰਦਾ ਮੈਂ ਵੱਡਾ, ਮੇਰੀ ਪੂਜਾ ਕਰੋ, ਆਂਦੇ ਠਾਕੁਰ ਅਵਰ ਨਾ ਦੂਜਾ, ਸਾਡੇ ਬਿਨਾਂ ਕਹਿੰਦੇ ਠਾਕੁਰ ਉੱਪਰ ਪਾਲਣਾ ਤੇ ਲੈਸਾ ਕਰਨ ਵਾਲਾ ਹੋਰ ਕੋਈ ਨਹੀਂ, ਪਰਮ ਤਾਪ ਕੋ ਗਿਣ ਨਾ ਪਛਾਣਾ, ਪਰਮ ਤਾਪ ਜੋ ਵੱਡਾ ਪਰਮੇਸ਼ਰ ਆ ਉਹਨੂੰ ਕਿਸੇ ਨੇ ਨੀ ਜਾਣਿਆ, ਜਿਨ੍ਹਾਂ ਨੇ ਪਰਮੇਸ਼ਰ ਨੂੰ ਨਹੀਂ ਜਾਣਿਆ ਉਹਨਾਂ ਨੇ ਇਹਨਾਂ ਨੂੰ ਠਾਕੁਰ ਮੰਨ ਲਿਆ, ਕੌਣ ਕੌਣ ਉਹ ਸੂਰ ਚੰਦ ਕਹੋ ਮੰਨ, ਕਈ ਤਾਂ ਸੂਰਜ ਨੂੰ ਪਾਣੀ ਦੇਈ ਜਾਂਦੇ ਆ, ਕਈ ਚੰਦਰਮਾ ਵੱਲ ਨੂੰ ਤੰਦ ਜਿਹਾ ਤੋੜੀ ਜਾਂਦੇ ਆ, ਅਗਨ ਹੋਤਰ ਕਈ ਪਰ ਮੰਨ, ਕਈ ਅਗਨ ਹੋਤਰੀ ਕਰੀ ਜਾਂਦੇ ਆ, ਅਗਨ ਦਾ ਹਵਨ ਕਰਦੇ ਆ, ਘਿਓ ਦੇ ਪੀਪੇ ਵਿੱਚ ਪਾ ਕੇ ਸਾੜੀ ਜਾਂਦੇ, ਕਈ ਪੁਜਾਰੀਆਂ ਦਾ ਸੁਭਾਅ ਬਣ ਗਿਆ, ਪੀਪੇ ਲੱਕੜਾਂ ਵਿੱਚ ਫੜੇ ਜਾਂਦੇ ਜਿਵੇਂ ਹਜ਼ੂਰ ਸਾਹਿਬ ਫੜੇ ਗਏ ਪਿੱਛੇ ਜੇ, ਇਹਨੂੰ ਸਭ ਪਾਹਨ ਪਹਿਚਾਨਾ, ਤੇ ਕਈ ਪੱਥਰ ਨੂੰ ਕਹਿੰਦੇ ਸਾਡਾ ਠਾਕੁਰ ਹੈ, ਪਰਮੇਸ਼ਰ ਦੇ ਪਿਆਰਿਆਂ ਨੇ ਤੇਰਾ ਖੰਡਨ ਕਰ ਦਿੱਤਾ, ਵਾਹਿਗੁਰੂ ਨੇ ਵੀ ਕੀਤਾ, ਜੋ ਪਾਥਰ ਕੀ ਪਾਈ ਪਾਏ ਤੁਸੀਂ ਘਰ ਜਾਈ ਜਾਏ, ਜੋ ਮਹਾਰਾ ਨੇ ਬਚਨ ਕਹੇ ਪਾਠ ਕੋ ਕਹਿੰਦੇ ਦੇਵਤਾ ਕਿਸੇ ਵਿਅਰਥਾ ਹੋਵੇ ਸੇਵ, ਇਹ ਤਾਲ ਕੇ ਬਚਨ ਕਹੇ ਹਨ, ਕਈ ਪੱਥਰ ਨੂੰ ਪਰਮੇਸ਼ਰ ਮੰਨੀ ਬੈਠੇ ਹਨ, ਆਪਣੇ ਪੱਤਰਿਆਂ ਦੇ ਨਾਲ ਹੀ ਜਲ ਜਾਂਦਾ ਹੈ, ਇਸੇ ਤਰ੍ਹਾਂ ਦੇ ਹੰਕਾਰੀ ਲੋਕ ਹੈ ਉਹ ਆਪਣੇ ਸਾਧਨ ਰੂਪੀ ਪੱਤਰਿਆਂ ਦੇ ਹੰਕਾਰ ਦੀ ਅੱਗ ਨਾਲ ਹੀ ਸੜ ਗਏ, ਹਰੀ ਪਰਮੇਸ਼ਰ ਦੇ ਰਾਸਤੇ ਕੋਈ ਨੀ ਚੱਲਦਾ, ਆਪੋ ਆਪਣਾ ਇਰਾ ਚਲਾ ਲਿਆ, ਕਿਹਦਾ ਕੰਨ ਦੁਖਾ ਦਿੱਤਾ, ਕਿਹਦਾ ਹਟਾ ਦਿੱਤਾ, ਕੋਈ ਵੱਡੀ ਸ਼ਕਤੀ ਨਹੀਂ, ਇਹ ਬਹੁਤ ਸੂਖਮ ਸ਼ਕਤੀਆਂ ਇਹਨਾਂ ਵਿੱਚ ਨਹੀਂ ਪੈਣਾ ਚਾਹੀਦਾ ਸਿੰਘ ਨੂੰ, ਪਰਮੇਸ਼ਰ ਨੂੰ ਪਹਿਚਾਨ, ਵਾਹਿਗੁਰੂ ਪਰਮੇਸ਼ਰ ਨੂੰ ਕਿਸੇ ਨੇ ਨੀ ਜਾਣਿਆ, ਸਾਰੇ ਕਹਿੰਦੇ ਮੈਂ ਹੀ ਗੁਰੂ ਹਾਂ, ਇਸ ਤਰ੍ਹਾਂ ਕਹਿ ਕੇ ਕਵਲੀ ਹੋ ਗਏ, ਪਰਮ ਤੱਤ ਕਿਹਨੂੰ ਨਾ ਪਛਾਣ, ਪਰਮ ਤੱਤ ਪਰਮੇਸ਼ਰ ਨੂੰ ਨਹੀਂ ਜਾਣਿਆ, ਸੁਨਾਤ ਨੂੰ ਕਿਸੇ ਨੇ, ਆਪ ਆਪ ਹੀ ਸਰ ਭੀਤਰ ਉਰ ਜਾਣਾ, ਆਪੋ ਆਪਣੇ ਵਿੱਚ ਹੀ ਉਲਝ ਗਏ, ਆਪ ਜੇ ਜੇ ਰਿਖ ਰਾਜ ਬਣਾਏ, ਜਿਹੜੇ ਰਾਖ ਰਿਖੇ ਰਾਜੇ ਬਣਾਏ ਸੀ ਵੱਡੇ ਵੱਡੇ, ਉਹਨੇ ਆਪ ਨੂੰ ਸਿਮਰਤ ਚਲਾਏ, ਉਹਨਾਂ ਨੇ ਸਿਮਰਤੀਆਂ ਅੱਗੇ ਸਤਾਈ ਬਣਾ ਦਿੱਤੀਆਂ, ਰਿਖੀਆਂ ਨੇ ਕਿਹੜਾ ਘੱਟ ਕੀਤੀ ਹੈ, ਇਹ ਸਿਮਰਤ ਕੇ ਭਏ ਨਰਾਗੀ, ਜਿਹੜੇ ਭਾਈ ਸਿਮਰਨੀਆਂ ਸਿਮਰਤੀਆਂ ਦੇ ਨਰਾਗੀ ਪ੍ਰੇਮੀ ਹੋਏ, ਕਿਰਿਆ ਬ੍ਰਹਮ ਕੀ ਤਿਆਗ, ਉਹਨਾਂ ਨੇ ਵਾਹਿਗੁਰੂ ਦੀ ਪ੍ਰਾਪਤੀ ਜਿਹੜੀ ਕਿਰਿਆ ਸੀ ਉਹ ਤਿਆਗ ਦਿੱਤੀ, ਸਿਮਰਤੀਆਂ ਵਿੱਚ ਹੀ ਪੈ ਗਏ, ਵਿਸ਼ੇਸ਼ ਨੇ ਵੱਖਰੀ ਬਣਾ ਦਿੱਤੀ, ਜਾਗ ਹਲਕ ਨੇ ਵੱਖਰੀ ਬਣਾ ਦਿੱਤੀ, ਮਨੂ ਦੀ ਵੱਖਰੀ ਬਣ ਗਈ, ਕੋਈ ਕਹਿੰਦੀ ਗਿਆਨ ਦਾ ਕਥਨ ਕਰੀ ਜਾਂਦੀ ਹੈ, ਕੋਈ ਕਰਮ ਕਾਂਡ ਦਾ ਕਥਨ ਕਰਦੀ ਹੈ, ਕੋਈ ਕਹਿੰਦੀ ਜਵਾੜੇ ਨਾਲ ਦਾਤਰ ਪਾਰੋ, ਕੋਈ ਕਹਿੰਦੀ ਲਘੂ ਸ਼ੰਕਾ ਚੜ੍ਹਦੇ ਵੱਲ ਨੂੰ ਮੂੰਹ ਕਰਕੇ ਕਰੋ, ਅਨੇਕ ਪ੍ਰਕਾਰ ਦਾ ਪਖੰਡ ਪੈਦਾ ਕਰ ਦਿੱਤਾ ਇਹਨਾਂ ਨੇ, ਜਮਰੰਤ ਕੇ ਭਏ ਅਨੁਰਾਗੀ, ਜਿਹੜੇ ਇਹਨਾਂ ਦੇ ਅਨੁਰਾਗੀ ਪ੍ਰੇਮੀ ਹੋਏ, ਕਿਰਿਆ ਬ੍ਰਹਮ ਕੀ ਤਿਆਗ, ਇਹਨਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਦੀ ਕਿਰਿਆ ਛੱਡ ਦਿੱਤੀ, ਜਿਨ ਮਨ ਹਰ ਚਰਨ ਠਹਿਰਾਇਓ, ਜਿਨ੍ਹਾਂ ਨੇ ਹਰੀ ਦੇ ਚਰਨਾਂ ਵਿੱਚ ਮਨ ਸਥਿਤ ਕਰ ਲਿਆ, ਉਹ ਸਿਮਰਤ ਕੇ ਰਾਹ ਨਾ ਆਇਓ, ਉਹ ਸਿਮਰਤੀਆਂ ਦੇ ਰਾਹ ਨਹੀਂ ਚਲੇ, ਇੱਕ ਵਾਹਿਗੁਰੂ ਦੇ ਰਸਤੇ ਚੱਲ ਪਏ, ਬ੍ਰਹਮੇ ਚਾਰ ਹੀ ਵੇਦ ਬਣਾਏ, ਬ੍ਰਹਮੇ ਨੇ ਚਾਰ ਵੇਦ ਬਣਾ ਦਿੱਤੇ, ਕਹਿੰਦੇ ਕਲਯੁਗ ਵਿੱਚ ਸਰਵਣ ਬਣਾਇਆ, ਸਰਵ ਲੋਕ ਤੇ ਕਰਮ ਚਲਾਏ, ਸਾਰਿਆਂ ਲੋਕਾਂ ਨੂੰ ਵੇਦਾਂ ਦੇ ਕਰਮ ਕਾਂਡ ਵਿੱਚ ਹੀ ਲਾ ਦਿੱਤਾ, ਜਿਨ ਕੀ ਲਿਵਹਾਰ ਚਰਨ ਨੂੰ ਲਾਗੀ, ਜਿਨ੍ਹਾਂ ਦੀ ਹਰੀ ਪਰਮੇਸ਼ਰ ਦਾ ਚਰਨ ਵਿੱਚ ਲਿਵ ਜੁੜ ਗਈ, ਇਹ ਵੇਦਨ ਤੇ ਭਏ ਤੇ ਆਗੀ, ਉਹ ਵੇਦਾਂ ਦਾ ਤਿਆਗ ਕਰ ਦਿੱਤਾ, ਉਹਨਾਂ ਨੇ ਕਹਿ ਦਿੱਤਾ ਕਿ ਵੇਦਕ ਤੇ ਫਿਰਤਾ ਇਸ ਤਰ੍ਹਾਂ ਭਾਈ ਜਲਕਾ ਫਿਕਰ ਨਾ ਜਾਏ, ਕਹਿ ਦਿੱਤਾ ਉਹਨਾਂ ਨੇ, ਜਿਨ ਮਤ ਵੇਦ ਕਤੇ ਗੁਣ ਤਿਆਗੀ, ਜਿਨ੍ਹਾਂ ਨੇ ਵੇਦਾਂ ਦੇ ਕਿਤੇਬਾਂ ਦੀ ਮਤ ਛੱਡ ਦਿੱਤੀ, ਸਿੱਖਿਆ ਪਰ ਬ੍ਰਹਮ ਕੇ ਭਏ ਨਰਾਜ, ਉਹ ਪਰਮੇਸ਼ਰ ਦੇ ਪ੍ਰੇਮੀ ਹੋ ਗਏ, ਜਿਨ ਕੇ ਗੂੜ ਮਤ ਜੇ ਚਲਹੀ, ਜਿਹੜੇ ਭਾਈ ਇਹਨਾਂ ਦੇ ਗੂੜ ਮਤ ਗੋਤਰਾ ਤੇ ਪਰਮੇਸ਼ਰ ਦੇ ਚੱਲ ਪਏ, ਮਾਤੇ ਅਨੇਕ ਦੁੱਖ ਨੂੰ ਸੋ ਦਲਹੀ, ਉਹ ਅਨੇਕ ਪ੍ਰਕਾਰ ਦੇ ਦੁੱਖਾਂ ਨੂੰ ਦਲ ਦਿੰਦੇ ਹਨ, ਜੇ ਜੇ ਸਹਿਤ ਜਾਤਨ ਸੁਣਦੇ, ਜੇ ਜੇ ਸਹਿਤ ਜਾਤਨ ਸੁਣਦੇ,
ਦਿੰਦੇ ਜੱਤ ਨਾਮਾ ਤਾਰਨਾ ਦਾ ਸਹਿਤ ਨਾਮਾ ਨਾਰ ਦਾ ਜਿਹੜੇ ਪ੍ਰੇਮ ਦੇ ਸਹਿਤ ਹੋ ਕੇ ਪਰਮੇਸ਼ਰ ਦੀ ਤਾਰਨਾ ਨੂੰ ਝਲਦੇ ਸਹਾਰਦੇ ਹਨ ਪਰਮੇਸ਼ਰ ਦੇ ਸਾਹ ਦਾ ਪਿਆਰ ਨੀ ਕਦੇ ਛੱਡਦੇ ਅੰਮ੍ਰਿਤ ਵੇਲੇ ਉੱਠਣਾ ਬਾਣੀ ਪੜ੍ਹਨੀ ਭਾਵੇਂ ਭਾਈ ਮੰਝ ਦੀ ਤਰ੍ਹਾਂ ਸਾਰਾ ਕੁਝ ਹੀ ਵੇਖ ਜਾਵੇ ਉਹ ਪਰਮੇਸ਼ਰ ਦੀ ਤਾਰਨਾ ਨੂੰ ਕਰੇ ਗੁੱਸੇ ਦੇ ਸਹਿਤ ਹੋ ਕੇ ਛੱਡਦੇ ਨਹੀਂ ਪ੍ਰੇਮ ਕਰਦੇ ਹਨ ਪਰਮੇਸ਼ਰ ਦੀ ਪੂਰੀ ਸੱਚਖੰਡ ਨੂੰ ਜਾਂਦੇ ਹਨ ਭਾਈ ਹਰ ਅੰਤਰ ਕਿਸ ਨਾਹੀ ਉਹਨਾਂ ਵਿੱਚ ਤੇ ਵਾਹਿਗੁਰੂ ਵਿੱਚ ਕੋਈ ਵੀ ਫਰਕ ਨਹੀਂ ਆ ਹਰ ਹਰ ਜਨ ਦੋ ਇਹ ਕਹੇ ਵਿਚਾਰ ਕਿਤਨਾ ਹੈ ਜਿਹੜੇ ਭਾਈ ਤਾੜਨਾ ਤੋਂ ਡਰਦੇ ਆ ਕਿਤੇ ਸਤਿਗੁਰੂ ਚਰਖੜੀ ਤੇ ਚੜਾ ਦੇਣ ਕੇ ਸੀਨ ਨਾ ਤਲੀ ਤੇ ਰੱਖਣਾ ਪਵੇ ਕਦੇ ਗੁਰੂ ਦੇ ਸਾਹਮਣੇ ਖੜੋ ਕੇ ਹੁਕਮ ਨਾਮਾ ਦੀ ਉਲੰਘਣਾ ਕਰਕੇ ਨਰਕ ਧਾਰੀਆਂ ਨਾਲ ਮਿਲ ਕੇ ਕਿਤੇ ਤਾਰਨਾ ਝੱਲਣੀ ਪਵੇ ਜਿਹੜੇ ਇਹੋ ਜਿਹੇ ਪਰਮ ਪੁਰਖ ਸਾਜ ਤਿੰਨ ਮਗ ਪਰੇ ਉਹ ਪਰਮੇਸ਼ਰ ਨੂੰ ਛੱਡ ਕੇ ਦੇਹ ਧਾਰੀਆਂ ਮਗਰ ਲੱਗ ਗਏ ਇਹਦੇ ਨਰਕ ਕੋਲ ਲੋ ਪਰੇ ਮਹਾਰਾਜ ਕਹਿੰਦੇ ਜਿਹੜੇ ਐਸੇ ਆ ਨਾ ਪਖੰਡੀ ਲਾਲਚੀ ਕੁਰਸੀਆਂ ਵਾਲੇ ਨਰਕ ਵਿੱਚ ਹੀ ਬਹਿਣਗੇ ਉਸ ਨੂੰ ਆਪਣੇ ਵਰਗੇ ਨਾਲ ਕੋਈ ਗੁੱਸਾ ਕਰ ਦੇਗਾ ਕਣਵੀ ਧਰਨ ਗੁੱਸਾ ਕਰਕੇ ਕੀ ਵਿਗਾੜ ਦੇਗਾ ਕੋਈ ਬਾਰ ਬਾਰ ਜਗ ਨੂੰ ਵਾਪਸ ਆ ਰਹੀ ਉਹ ਪੂਰਾ ਪੂਰਾ ਜੰਮਣ ਮਰਨਗੇ ਕੁੱਤਿਆਂ ਬਿੱਲਿਆਂ ਦੀ ਜੂਨ ਚ ਪੈਣਗੇ ਜੋ ਇਹ ਕਥਾ ਸੁਣੇ ਅਰ ਗਾਵੇ ਮਾਰਕ ਨੇ ਪੜਿਆ ਕਥਾ ਸੁਣੇਗਾ ਤੇ ਗਾਵੇਗਾ ਪ੍ਰੇਮ ਨਾਲ ਯਾਦ ਕਰੇਗਾ ਦੁੱਖ ਪਾਪ ਤੇ ਨਿਕਟ ਨਾ ਆਵੇ ਪਾਪ ਤੇ ਦੁੱਖ ਜਿਹੜੇ ਹਨ ਜਾਂ ਪਾਪਾਂ ਕਰਕੇ ਜਿਹੜੇ ਦੁੱਖ ਲੱਗਣੇ ਉਹ ਨਿਕਟ ਨਹੀਂ ਆਉਣਗੇ ਬਿਸ਼ਨ ਭਗਤ ਕੀ ਇਹ ਫਲ ਹੋਈ ਤੇ ਬਿਸ਼ਨ ਜੋ ਪਰਮੇਸ਼ਰ ਹੈ ਨਾ ਬੇ ਸੰਸਾਰ ਨੂੰ ਚੇਸ਼ਟਾ ਦੇਣ ਵਾਲਾ ਉਹਦੀ ਭਗਤੀ ਦਾ ਫਲ ਹੋਵੇਗਾ ਕਿ ਦੁੱਖ ਤੇ ਪਾਪ ਨੀ ਕੋਈ ਲੱਗੇਗਾ ਇਹ ਨਿਵਰਤ ਹੋ ਜਾਵੇਗਾ ਬਿਸ਼ਨ ਦਾ ਸਮਝ ਲਿਓ ਬਿਸ਼ਨ ਭਗਤ ਕੀ ਜੋ ਬੇਸ ਸੰਸਾਰ ਨੂੰ ਅਨਚੇਸ਼ਟਾ ਕਰਾਉਣ ਵਾਲਾ ਉਹਦੀ ਇਹ ਭਗਤੀ ਦਾ ਫਲ ਹੋਵੇਗਾ ਆਦਿ ਵਿਆਦ ਸਵੈ ਸਕੈ ਨਾ ਕੋਈ ਆਦਿ ਵਿਆਦੀ ਜਿਤਨੇ ਹਨ ਆਦਿ ਵਿਆਦੀ ਤੇ ਉਪਾਧੀ ਇਹ ਤਾਪ ਤੇ ਵਿਆਦ ਪੀੜਾ ਇਹ ਵੀ ਛੋ ਸਕਣ ਨਾ ਕੋਈ ਨੇੜੇ ਨੀ ਛੋ ਸਕੇਗਾ ਕੋਈ ਭਗਤੀ ਕਰਨ ਵਾਲਿਆਂ ਦੇ ਸੰਮਤ ਸਤਰਾ ਹੈ ਸਹਿਸ ਪਚਾਵਨ ਸੰਮਤ ਜੋ ਹੈ ਸਤਰ ਹੈ ਸਤਾਰਾਂ ਦਾ ਨਾਮ ਹੈ ਤੇ ਸਹਿਸ ਨਾਮ ਹੈ ਸੌ ਦਾ ਸਤਾਰਾਂ ਸੌ ਹੋ ਗਿਆ ਤੇ ਪਚਾਵਨ ਨਾਮ ਹੈ ਪਚਵੰਜਾ ਦਾ ਇਹ 1755 ਦੇ ਵਿਚ ਹਾੜ ਵਧੀ ਪ੍ਰਥਮ ਸੁਖ ਦਾਵਨ ਇਹ ਹਾੜ ਦੀ ਵਧੀ ਪੱਖ ਸੀ ਹਨੇਰ ਪੱਖ ਦੀ ਪ੍ਰਥਮ ਪਹਿਲੀ ਸੁਖ ਦੇ ਦੇਣ ਵਾਲੀ ਸੁਧੀ ਚਾਨਣ ਦਾ ਹੁੰਦਾ ਨੇ ਤਵੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਓਏ ਤੇਰੀ ਪ੍ਰਸਾਦ ਕਿਰਪਾ ਕਰਕੇ ਹੇ ਪਰਮੇਸ਼ਰ ਅਸੀਂ ਇਹ ਗ੍ਰੰਥ ਸੁਧਾਰਾ ਬਣਾਇਆ ਹੈ ਭੂਲ ਪਰੀ ਲਹੋ ਲੇਹੋ ਸੁਧਾਰਾ ਜੇ ਕਿਸੇ ਪ੍ਰਕਾਰ ਦੀ ਕੋਈ ਭੁੱਲ ਸਮਝਦਾ ਤਾਂ ਸੁਧਾਰ ਲਵੇ ਪਰ ਅਸੀਂ ਸੂਖਮ ਰੂਪ ਵਿਚ ਦੱਸਿਆ ਮਾਤਾ ਕੋਈ ਕਹਿ ਕੇ ਕਣਕੀ ਤੌਰ ਭੁੱਲ ਗਏ ਹੈ ਪਰ ਜੇ ਕਿਸੇ ਕਵੀ ਦਾ ਖਿਆਲ ਹੈ ਛੱਡ ਦਿੱਤਾ ਗ੍ਰੰਥ ਵਧਣ ਤੋਂ ਸੰਕੋਚ ਕਰਕੇ ਛੱਡਿਆ ਹੈ ਜੇ ਕੋਈ ਚਾਹੇ ਤੇ ਆਪਣੀ ਸੁਧਾਰ ਕਰ ਲਵੇ ਹੋਰ ਵਿਸਤਾਰ ਕਰਨਾ ਕਰ ਲਵੇ ਦੋਹਰਾ ਨੇਤਰ ਤੁਮਕੇ ਚਰਨ ਤਾਰ ਤੇ ਬਣਾਇਆ ਕਿੱਥੇ 1755 ਚ ਉਹ ਮਹਾਰਾਜ ਕਹਿੰਦੇ ਨੇਤਰ ਨੇਤਰ ਤੁਮਕੇ ਚਰਨ ਤਾਰ ਨੇਤਰ ਜਿਹੜੀ ਨੈਣਾ ਦੇਵੀ ਹੈ ਤੁੰਗ ਉੱਚੇ ਪਹਾੜ ਵਾਲੀ ਉਹ ਪਹਾੜ ਦੇ ਚਰਨ ਪੈਰਾਂ ਦੇ ਤਰ ਥੱਲੇ ਸਦਰਵ ਤੀਰ ਤਰੰਗ ਸਤਰੁ ਜਿਹੜਾ ਦਰਿਆ ਚੱਲਦਾ ਹੈ ਇਹਦੇ ਤੀਰ ਕਿਨਾਰੇ ਤੇ ਸ੍ਰੀ ਭਗਵਤ ਪੂਰਨ ਕੀਓ ਤੇ ਸ੍ਰੀ ਸਰੋਮਣੀ ਜੋ ਹੈ ਭਗਵਤ ਦਾ ਜੋ ਭਾਗਵਤ ਦੇ ਵਿੱਚੋਂ ਰਾਮ ਚੰਦਰ ਦਾ ਜੀਵਨ ਸੀ ਉਹ ਪੂਰਨ ਕੀਓ ਇੱਥੇ ਸੰਪੂਰਨ ਕੀਤਾ ਹੈ ਭਾਈ ਰਾਗਭਰ ਕਥਾ ਪ੍ਰਸੰਗ ਰਾਘਵਾਂ ਦੀ ਕੁਲ ਦੇ ਬਾਅਦ ਸ੍ਰੇਸ਼ਟ ਰਾਮ ਚੰਦਰ ਦੀ ਕਥਾ ਦਾ ਜਿਹੜਾ ਪ੍ਰਸੰਗ ਚੱਲਦਾ ਸੀ ਉਹ ਇੱਥੇ ਪੂਰਾ ਕੀਤਾ ਹੈ ਦੋਹਰਾ ਸਾਧ ਅਸਾਧ ਜਾਣੋ ਨਹੀਂ ਤੇ ਸਾਧ ਚੰਗਾ ਤੇ ਅਸਾਧ ਮਾੜਾ ਅਸੀਂ ਨੀ ਇਹ ਪਛਾਣ ਕੀਤੇ ਬਾਦ ਸੁਬਾਦ ਵਿਵਾਦ ਝਗੜਾ ਜਾਂ ਨਾ ਝਗੜਾ ਗੁਣ ਔਗਣ ਤੇ ਸੁਭ ਗੁਣ ਇਹ ਜਿਹੜੇ ਸਨ ਇਹ ਤਿੰਨੇ ਹੀ ਗ੍ਰੰਥ ਸਗਲ ਪੂਰਨ ਕੀਓ ਅਸੀਂ ਚੰਗਾ ਮਾੜਾ ਗੁਣ ਔਗਣ ਤੇ ਚੰਗੇ ਗੁਣ ਇਹਨਾਂ ਸਾਰਿਆਂ ਦਾ ਤਿਆਗ ਕਰਕੇ ਗ੍ਰੰਥ ਸਗਲ ਪੂਰਨ ਕੀਓ ਇਹ ਸਮੂਹ ਗ੍ਰੰਥ ਜਿਹੜਾ ਅਸੀਂ ਪੂਰਾ ਕੀਤਾ ਕੀਤਾ ਕਿਵੇਂ ਭਗਵਤ ਕਿਰਪਾ ਪ੍ਰਸਾਦ ਭਗਵਤ ਭਗਵੰਤ ਜੋ ਪਰਮੇਸ਼ਰ ਹੈ ਉਹਦੀ ਪ੍ਰਸਾਦ ਕਿਰਪਾ ਦੇ ਨਾਲ ਉਹਦੀ ਕਿਰਪਾ ਦੇ ਕਿਰਪਾਲੂ ਕਿਰਪਾ ਪ੍ਰਸਾਦ ਕਿਰਪਾ ਕਿਰਪਾਲੂ ਜੋ ਭਗਵੰਤ ਹੈ ਕਿਰਪਾ ਕਰਨ ਵਾਲਾ ਹੈ ਉਹਦੀ ਪ੍ਰਸਾਦ ਕਿਰਪਾ ਨਾਲ ਅਸੀਂ ਸਾਰਾ ਗ੍ਰੰਥ ਸੰਪੂਰਨ ਕੀਤਾ ਹੈ ਸਵਈਆ ਪਾਏ ਗਏ ਜਬ ਤੇ ਤੁਮਰੇ ਇਹ ਨਿਚੋੜ ਦੱਸਿਆ ਹੈ ਸਾਰੇ ਰਾਮਾਵਤਾਰ ਦਾ ਇਹਨਾਂ ਦੀ ਕੀ ਕਰਤੂਤ ਸੀ ਤੇ ਕੀ ਕਰਦੇ ਰਹੇ ਉਹ ਦੱਸ ਕੇ ਆਪ ਮਹਾਰਾਜ ਆਪਣਾ ਨਿਸ਼ਚਾ ਦ੍ਰਿੜ ਕਰਵਾ ਰਹੇ ਹੈ ਕਿ ਸਿੱਖੋ ਕਦੇ ਸੁਣ ਕੇ ਨਾ ਕਹੋਗੇ ਅਸੀਂ ਰਾਮ ਚੰਦਰ ਦੇ ਪਾਸ਼ਕ ਬਣ ਗਏ ਜਾਂ ਸੀਤਾ ਦੇ ਸਾਡਾ ਜਿਹੜਾ ਨਿਸ਼ਚਾ ਉਹ ਸੁਣੋ ਪਾਏ ਗਏ ਜਬ ਤੇ ਤੁਮਰੇ ਪਾਏ ਗਏ ਜਦੋਂ ਤੋਂ ਪਾਏ ਪੈਰ
ਗਏ ਪਕੜੇ ਹਨ ਜਬ ਤੇ ਜਦੋਂ ਤੋਂ ਸਭ ਤੇ ਕੋ ਤੁਮਰੇ ਤੁਹਾਡੇ ਸਭ ਤੇ ਕੋ ਆਂਖ ਤਰੇ ਨਹੀਂ ਆਂਦਾ ਸਭ ਤੇ ਤੋਂ ਕੋਈ ਅਸੀਂ ਆਂਖ ਆਖੜੇ ਤਰੇ ਥੱਲੇ ਲਿਆਂਦਾ ਨੀ ਕਿਸੇ ਨੂੰ ਐਸੀ ਕਿਰਪਾ ਹੋਈ ਅਕਾਲ ਪੁਰਖ ਤੁਹਾਡੀ ਕਿਸੇ ਨੂੰ ਥੱਲੇ ਨੀ ਲਿਆਂਦਾ ਕਾਣ ਕਨੋੜ ਨੀ ਮੰਨੀ ਕਿਸੇ ਦੀ ਰਾਮ ਰਹੀਮ ਪੁਰਾਨ ਕੁਰਾਨ ਤੇ ਰਾਮ ਚੰਦਰ ਜੀ ਰਹੀਮ ਆਲਕ ਤੇ ਪੁਰਾਣ ਆਲਕ ਤੇ ਕੁਰਾਨ ਆਦਕ ਸਾਰਾ ਪੁਰਾਣ ਤੇ ਚਾਰੇ ਕੁਰਾਨ ਜਮੂਰ ਆਲਕ ਅੰਜੀਰ ਤੇ ਤਰੇ ਤਾਰਕ ਜਿਤਨੇ ਮੰਨੇ ਹੈ ਅਨੇਕ ਕਹੇ ਮਤ ਏਕ ਨਾ ਮਾਨੇ ਅਨੇਕਾਂ ਹੀ ਗੱਲਾਂ ਕਹਿੰਦੇ ਹਨ ਅਨੇਕਾਂ ਇਹਨਾਂ ਨੂੰ ਕਹਿਣ ਵਾਲੇ ਹੈ ਅਨੇਕਾਂ ਮਤ ਦੀਆਂ ਗੱਲਾਂ ਕਰਦੇ ਪਰ ਏਕ ਨਾ ਮੰਨ ਏਕ ਨਾ ਏਕ ਨਾ ਮਾਨਿਓ ਇੱਕ ਵਾਰੀ ਅਸੀਂ ਮੰਨੀ ਭਾਈ ਇਹਨਾਂ ਦੀ ਸਿਮਰਤ ਸਾਸਤਰ ਵੇਦ ਸਭਾ ਸਿਮਰਤ ਸਤਾਈ ਸਿਮਰਤੀਆਂ ਛੇ ਸ਼ਾਸਤਰ ਤੇ ਵੇਦ ਸਭਾ ਚਾਰੇ ਵੇਦ ਬਹੁ ਭੇਦ ਕਹੇ ਬਹੁਤ ਤਰੀਕੇ ਦੇ ਨਾਲ ਭੇਦ ਫਰਕ ਕਹਿੰਦੇ ਹਨ ਹਮ ਏਕ ਨਾ ਜਾਣੇ ਅਸੀਂ ਇਹਨਾਂ ਚ ਇੱਕ ਵਾਰੀ ਜਾਣਿਆ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਹੇ ਸ੍ਰੀ ਅਸਪਾਨ ਸ੍ਰੀ ਸ੍ਰੋਮਣੀ ਅਸ ਕਿਰਪਾਨ ਨੂੰ ਪਾਨ ਪਕੜਨ ਵਾਲੇ ਅਸਪਾਨ ਨਾ ਕਿਰਪਾਨ ਦਾ ਪਾਨ ਹੱਥ ਚ ਪਕੜਨ ਵਾਲੇ ਕਿਰਪਾਨ ਨੂੰ ਹੇ ਸ੍ਰੀ ਸ੍ਰੋਮਣੀ ਪਰਮੇਸ਼ਰ ਕਿਰਪਾ ਤੁਮਰੀ ਕਰ ਤੁਹਾਡੀ ਕਿਰਪਾ ਕਰਕੇ ਕਿਰਪਾ ਤੁਮਰੀ ਕਰ ਤੁਹਾਡੀ ਕਿਰਪਾ ਕਰਕੇ ਕਰ ਕੀਤਾ ਹੈ ਪੂਰਾ ਗ੍ਰੰਥ ਮੈਂ ਨਾ ਕਹਿਓ ਸਭ ਤੋਹੇ ਬਖਾਨੇ ਮੈਂ ਅਸੀਂ ਨੀ ਮਾਰੇ ਕਹਿੰਦੇ ਕੁਝ ਵੀ ਕਿਹਾ ਸਭ ਤੋਹੇ ਬਖਾਨੇ ਤੁਸੀਂ ਬਖਾਨੇ ਕਥਨ ਕਰਵਾਇਆ ਤੁਹਾਡੀ ਕਿਰਪਾ ਨਾਲ ਅਸੀਂ ਵਖਿਆਨ ਕੀਤਾ ਅਸੀਂ ਆਪੋ ਕੁਝ ਨੀ ਕਿਹਾ ਹੋ ਆਪੋ ਬੋਲਣਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜੀਓ ਦੋਹਰਾ ਸਭ ਦੁਆਰ ਕੋ ਛਾੜ ਕੇ ਫੈਸਲਾ ਕਰ ਦਿੱਤਾ ਸਮਾਪਤੀ ਦੀ ਪੰਗਤੀ ਚ ਮਹਾਰਾਜ ਕਹਿੰਦੇ ਸਾਰੇ ਦੁਆਰੇ ਦਰਵਾਜਿਆਂ ਨੂੰ ਛੱਡ ਕੇ ਕਹਿਓ ਤੁਹਾਰੋ ਦੁਆਰ ਇਹ ਪਰਮੇਸ਼ਰ ਅਕਾਲ ਪੁਰਖ ਦਾ ਤੁਹਾਡਾ ਦਰਵਾਜਾ ਗ੍ਰਹਿਣ ਕੀਤਾ ਹੈ ਪਕੜਿਆ ਹੈ ਬਾਹੇ ਗਹੇ ਕੀ ਲਾਜ ਆਸ ਇਹ ਬਾਂਹ ਪਕੜੀ ਦੀ ਲਾਜ ਆਸ ਹੈ ਇਹ ਤੁਹਾਨੂੰ ਸ਼ਰਮ ਹੈ ਸਾਡੀ ਬਾਂਹ ਪਕੜੀ ਹੋਈ ਜੀ ਗੋਬਿੰਦ ਦਾਸ ਤੁਹਾਰ ਸਾਡਾ ਨਾਂ ਗੋਬਿੰਦ ਹੈ ਅਸੀਂ ਦਾਸ ਸੇਵਕ ਹਾਂ ਕਿਹਦੇ ਕਹਿੰਦੇ ਤੁਹਾਰ ਤੁਹਾਡੇ ਸੇਵਕ ਹੈ ਅਕਾਲ ਪੁਰਖ ਹੋਰ ਕਿਸੇ ਦੇ ਨਹੀਂ ਕਿਉਂਕਿ 1755 ਵਿਚ ਗ੍ਰੰਥ ਰਚਿਆ ਹੈ ਤੇ ਅੰਮ੍ਰਿਤ ਸਕਿਆ 1756 ਚ ਇਸ ਵਾਸਤੇ ਗੋਬਿੰਦ ਸਿੰਘ ਨਾਮ ਨੀ ਇੱਥੇ ਗੋਬਿੰਦ ਕੱਲਾ ਤਾਂ ਲਿਖਿਆ ਸਿੰਘ ਨਾਮ ਅੱਗੇ ਜਾ ਕੇ ਆਵੇਗਾ ਸੋ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਤੁਹਾਡੇ ਅਸੀਂ ਸੇਵਕ ਇਹ ਨਿਚੋੜ ਨਿਸ਼ਚਾ ਨਿਰਣਾ ਕਰਕੇ ਸਤਿਗੁਰੂ ਜੀ ਨੇ ਦੱਸ ਦਿੱਤਾ ਸ੍ਰੀ ਰਾਮਾਇਣ ਸਮਾਪਤ ਮਸਤ ਇੱਥੇ ਜੋ ਰਾਮਾਇਣ ਦਾ ਪ੍ਰਸੰਗ ਸੀ ਰਾਮ ਚੰਦਰ ਦਾ ਆਰੰਭ ਕੀਤਾ ਉਹ ਇੱਥੇ ਮਸਤ ਸਮਾਪਤ ਹੋਇਆ ਹੈ ਦੋਹਰਾ ਸਗਲ ਦੁਆਰ ਕਉ ਛਾੜ ਕੇ ਤੁਹਾਰੋ ਦੁਆਰ ਬਾਏ ਗਏ ਕੀ ਲਾਰ ਆਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ